ਗੁਰਾਂ ਇਲਾਕੇ ਦੇ ਅੰਦਰ ਲੁੱਟ ਖੋਹ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਥਾਣਾ ਗੁਰਾਂ ਅਧੀਨ ਪੈਂਦੇ ਪਿੰਡ ਪੱਦੀ ਜ਼ਗੀਰ ਦਾ ਹੈ, ਜਿੱਥੇ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਦੀ ਲੁੱਟਖੋਹ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਬਾਬੂ ਰਾਮ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਇੱਕ ਵਿਅਕਤੀ ਆਇਆ, ਜਿਸ ਨੇ ਸ਼ਰਾਬ ਦੀ ਬੋਤਲ ਦੀ ਮੰਗ ਕੀਤੀ। ਜਦ ਉਹ ਬੋਤਲ ਦੇਣ ਲੱਗਾ ਤਾਂ ਉਕਤ ਵਿਅਕਤੀ ਤਾਕੀ ਖੋਲ੍ਹ ਕੇ ਅੰਦਰ ਵੜ ਗਿਆ ਅਤੇ ਉਸ ਨਾਲ ਹੱਥੋਪਾਈ ਕਰਨ ਲੱਗਾ। ਇਸੇ ਦੌਰਾਨ ਉਕਤ ਵਿਅਕਤੀ ਗੱਲੇ ਵਿੱਚੋਂ 2,000 ਰੁਪਏ ਅਤੇ ਉਸਦੀ ਪੈਂਟ ਦੀ ਜੇਬੀ ਵਿੱਚੋਂ 3,000 ਰੁਪਏ ਲੈ ਕੇ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਇੱਕ ਮੋਟਰਸਾਈਕਲ 'ਤੇ 2 ਵਿਅਕਤੀ ਆਏ ਸਨ, ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੈਂ ਯਹਾਂ ਬੈਠਾ ਥਾ ਔਰ ਮੇਰੇ ਕਹਿਣ ਲੱਗਾ ਗਿੰਨੀ ਕੀ ਬੋਤਲ ਦੇਣਾ ਇੱਕ, ਮੈਂ ਗਿੰਨੀ ਕੀ ਬੋਤਲ ਦੇਣੇ ਗਿਆ ਔਰ ਕਿਤਾਬ ਅੰਦਰ ਘੁੱਸ ਗਿਆ ਔਰ ਮੈਨੂੰ ਗਲੇ 'ਤੇ ਪਕੜਾ ਔਰ ਜ਼ੋਰ 'ਤੇ ਪਿੱਛੇ ਲੱਗਿਆ, ਪਰ ਕਿਸੇ ਥੋੜ੍ਹਾ ਜ਼ੋਰ ਮੈਂ ਲਗਾਇਆ ਥਾ ਉਸਨੇ ਗਲੇ 'ਤੇ ਪਕੜਾ ਔਰ ਗੱਲਾਂ ਖੋਲ੍ਹ ਲਿਆ। 2,000 ਗੱਲੇ ਮੈਂ ਥਾ ਔਰ 3,000 ਮੇਰੀ ਜੇਬ 'ਤੇ ਨਿਕਾਲ ਕੇ ਲੈ ਗਿਆ। ਇੱਕ ਬੰਦਾ ਆਇਆ ਤਾਂ ਗੁੱਸੇ ਤੋਂ ਅੰਦਰ ਇੱਕ ਥਾਂ ਬਾਹਰ ਨਹੀਂ ਪਤਾ ਕਿੰਨੇ ਸੀ, ਇੱਕ ਬੰਦਾ ਬਾਹਰ ਥਾ ਬਾਈਕ ਮੈਂ ਲਿਆ ਖੜਾ।